सो है गाइस, की हाल चाल है। सदू भाई सारे उदे होंगे। फेक रूमर्स अबाउट सदू भाई ते होर भी काफी आर्टिस्ट लाइक हनी सिंह, दिलजीत, काका एंड होर भी बहुत ज्यादा। लेट्स सी केड़े केड़े रूमर्स ने कि करना ओला दा भी कोई रूमर है मेरे। ਦੇਖੋ ਇਹ ਜਿਹੜੇ ਪੰਜਾਬੀ ਸਿੰਗਰਸ ਨੇ ਇਹਨਾਂ ਦੇ ਕਰੀਅਰ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਵ ਆਉਂਦੇ ਨੇ। ਜਦੋਂ ਕੁਝ ਸਿੰਗਰਸ ਬਹੁਤ ਜ਼ਿਆਦਾ ਫੇਮਸ ਹੋ ਜਾਂਦੇ ਨੇ ਫਿਰ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਲੈ ਕੇ ਕਾਫੀ ਅਫਵਾਹਾਂ ਉੱਡਦੀਆਂ ਨੇ। ਇਸ ਵੀਡੀਓ 'ਚ ਗੱਲ ਕਰਾਂਗੇ ਕਿ ਇਹਨਾਂ ਸਾਰੇ ਸਿੰਗਰਸ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਉੱਡੀਆਂ ਅਤੇ ਉਹਨਾਂ ਦੇ ਵਿੱਚੋਂ ਕਿਹੜੀਆਂ ਸੱਚ ਸੀ ਅਤੇ ਕਿਹੜੀਆਂ ਝੂਠ ਸੀ। ਵਾਈਫ ਦੇ ਤੌਰ 'ਤੇ ਬਹੁਤ ਫੇਮਸ ਹੋ ਰਹੀ ਹੈ, ਸਾਰੀ ਟੀਮ ਦਾ ਜ਼ੋਰ ਲੱਗਾ ਪਿਆ, ਹੁਣੀ ਫੋਟੋ ਭੇਜੀ ਸੀਗੀ ਕਿਸੇ ਨੂੰ ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦਿਲਜੀਤ ਦੋਸਾਂਝ ਦੀ। ਦੇਖੋ ਦਿਲਜੀਤ ਦੋਸਾਂਝ ਦੇ ਨਾਮ 'ਤੇ ਟੋਟਲ 3 ਅਫਵਾਹਾਂ ਉੱਡੀਆਂ ਜਿਹਦੇ ਵਿੱਚੋਂ ਇੱਕ ਸੀ ਦਿਲਜੀਤ ਦੋਸਾਂਝ ਦੀ ਮੈਰਿਜ। ਦੇਖੋ ਇਹ ਵਾਲੀ ਫੋਟੋ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਨਿਸ਼ਾ ਬਾਨੋ ਤੇ ਦਿਲਜੀਤ ਦੋਸਾਂਝ ਦੀ ਫੋਟੋ ਬਹੁਤ ਜ਼ਿਆਦਾ ਵਾਇਰਲ ਹੋਈ ਸੀ। ਇਹ ਮੇਰੇ ਖਿਆਲ ਨਾਲ ਜੱਟਾਂ ਜੁਲਟ 1 ਦੀ ਫੋਟੋ ਉਹੀ ਖਿੱਚੀ ਸੀ ਇਹਨਾਂ ਨੇ, ਕਿਉਂਕਿ ਉਹ ਵਿਆਹ ਨਹੀਂ ਤੜਵਾਉਣ ਜਾਂਦਾ ਤੇ ਉਹ ਐਕਚੁਅਲ 'ਚ ਨੀਰੂ ਦੀ ਜਗ੍ਹਾ ਤੇ ਨਿਸ਼ਾ ਹੋਣਾ ਇਹਨਾਂ ਉਹ ਵਿਆਹ 'ਚ ਵੜ ਜਾਂਦਾ ਹੁਣ ਟਾਈਮ ਤੇ। ਲੋਕਾਂ ਨੇ ਇਹ ਮੰਨ ਲਿਆ ਸੀ ਕਿ ਇਹਨਾਂ ਦੋਨਾਂ ਦਾ ਵਿਆਹ ਹੋ ਚੁੱਕਿਆ ਆਪਸ ਦੇ ਵਿੱਚ, ਪਰ ਇਹ ਜ਼ਿਆਦਾਤਰ ਲੋਕਾਂ ਨੂੰ ਤਾਂ ਪਤਾ ਹੀ ਸੀ ਕਿ ਇਹ ਚੀਜ਼ ਫੇਕ ਹੈ। ਜਦੋਂ ਇਸ ਫੋਟੋ ਦੇ ਬਾਰੇ ਨਿਸ਼ਾ ਬਾਨੋ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਜਵਾਬ ਸੀ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ। ਫੋਟੋ ਦੇਖ ਕੇ ਕੀ ਲੱਗਿਆ? ਫੋਟੋਜ਼ ਵਾਇਰਲ ਹੋਈਆਂ ਤਾਂ ਮੇਰੇ ਤੇ ਸਰਚ ਵੀ ਚੱਲ ਪਈ ਸੀ ਉਸ ਚੀਜ਼ ਦੀ, ਬਟ ਅਸੀਂ ਉਸ ਚੀਜ਼ ਨੂੰ ਕੋਈ ਬੜਾਵਾ ਨਹੀਂ ਦਿੱਤਾ, ਕੋਈ ਇੰਟਰਵਿਊ ਨਹੀਂ ਕੀਤੀ, ਹੈ ਹੀ ਨਹੀਂ, ਰਿਐਲਿਟੀ ਨਹੀਂ ਹੈ ਉਹਦੇ ਵਿੱਚ, ਹੈ ਹੀ ਨਹੀਂ ਹੈ। ਪਰ ਮੈਂ ਫਨ ਵੇ ਦੇ ਵਿੱਚ ਬਹੁਤ ਇੰਜੋਏ ਕੀਤਾ ਜਦੋਂ ਮੈਂ ਇੱਕ ਨਿਊਜ਼ ਪੜ੍ਹੀ, ਦਿਲਜੀਤ ਨੇ ਨਿਸ਼ਾ ਬਾਨੋ ਨਾਲ ਖੁਫੀਆ ਮੈਰਿਜ ਕਰਾਈ। ਫਿਰ ਦੂਜੀ ਗੱਲ ਇਹ ਉੱਡੀ ਸੀ ਸੋਸ਼ਲ ਮੀਡੀਆ 'ਤੇ ਕਿ ਦਿਲਜੀਤ ਦੋਸਾਂਝ ਦੇ ਕੇਸ ਕਤਲ ਕਰਵਾਏ ਹੋਏ ਨੇ। ਇਹ ਵਾਲੀ ਫੋਟੋ ਜਿਹੜੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਇਹ ਸੋਸ਼ਲ ਮੀਡੀਆ 'ਤੇ ਤੁਹਾਨੂੰ ਮਿਲ ਜੂਗੀ ਅਤੇ ਇਹ ਵਾਲੀ ਫੋਟੋ ਅੱਜ ਦੀ ਨਹੀਂ ਹੈ, ਇਹ ਬਹੁਤ ਸਾਲਾਂ ਤੋਂ ਚੱਲੀ ਆ ਰਹੀ ਹੈ। ਜਦੋਂ ਇੱਕ ਟਾਈਮ 'ਤੇ ਦਿਲਜੀਤ ਦੋਸਾਂਝ ਦੀ ਚੜ੍ਹਾਈ ਹੋਈ ਸੀ ਨਵੀਂ ਨਵੀਂ, ਉਦੋਂ ਤੋਂ ਇਹ ਸੋਸ਼ਲ ਮੀਡੀਆ 'ਤੇ ਅਫਵਾਹਾਂ ਚੱਲਦੀਆਂ ਆ ਰਹੀਆਂ ਨੇ ਅਤੇ ਹੁਣ ਰੀਸੈਂਟਲੀ ਨਸੀਬ ਨੇ ਵੀ ਇਹ ਮੁੱਦਾ ਚੱਕਿਆ ਸੀ, ਉਹਨੇ ਵੀ ਆਪਣੀ ਸਟੋਰੀਜ਼ ਦੇ ਵਿੱਚ ਇਹ ਫੋਟੋਆਂ ਸ਼ੇਅਰ ਕੀਤੀਆਂ ਸੀ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਆਪਾਂ ਨੂੰ ਇਸ ਲੁੱਕ ਦੇ ਵਿੱਚ ਵੀ ਕਾਫੀ ਵਾਰੀ ਦਿਖ ਚੁੱਕੇ ਨੇ ਅਤੇ ਹੁਣ ਰੀਸੈਂਟਲੀ ਵੀ ਉਹ ਆਪਣੇ ਵਲੌਗਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਕੈਪ ਪਾਈ ਹੁੰਦੀ ਉਹਨਾਂ ਨੇ। ਦਿਲਜੀਤ ਦੋਸਾਂਝ ਦਾ ਜੋੜਾ ਵੀ ਕੀਤਾ ਹੁੰਦਾ, ਇਹ ਵੀ ਆਪਾਂ ਨੂੰ ਦਿਖਦਾ ਕਾਫੀ ਵੀਡੀਓਜ਼ ਦੇ ਵਿੱਚ। ਸੋ ਹੁਣ ਇਹ ਵੀ ਅਫਵਾਹ ਆਪਾਂ ਝੂਠ ਹੀ ਮੰਨਾਂਗੇ? ਨਹੀਂ, ਪਹਿਲਾਂ ਕਟਾਏ ਹੋਏ ਸੀਗੇ ਵਾਲ, ਹੁਣ ਰੱਖ ਲਏ, ਇਹ ਕਹਿ ਸਕਦੇ ਹਾਂ ਕਿ ਪਤਾ ਵੀ ਲੱਗਦਾ ਉਹ ਚੀਜ਼ ਦਾ, ਕਹਿੰਦੇ ਕਾਫੀ, ਕਿਉਂਕਿ ਪਹਿਲਾਂ ਫੋਟੋਜ਼ ਹੈਗੀਆਂ ਸੀਗੀਆਂ, ਇੱਕ ਨਹੀਂ ਇੱਕ ਦੋ ਫੋਟੋ ਹੋਰ ਵੀ ਹੈਗੀਆਂ ਨੇ, ਠੀਕ ਹੈ। ਅਤੇ ਉਦੋਂ ਤਾਂ ਨਾਲੇ ਇੰਨਾ AI ਜਾਂ ਮੋਫਟ ਦਾ ਇੰਨਾ ਸੀਨ ਚੱਲਿਆ ਵੀ ਨਹੀਂ ਸੀਗਾ ਉਹਨਾਂ ਸਾਲਾਂ 'ਚ, 2011-12-13 'ਚ, ਅਤੇ ਜਦੋਂ ਨਵਾਂ ਨਵਾਂ ਇੰਟਰਨੈਟ ਆਇਆ ਸੀ ਉਦੋਂ ਦੀ ਗੱਲਾਂ ਨੇ ਇਹ, ਤਾਂ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਉਦੋਂ ਵਾਲ ਕਟਾਏ ਹੋਏ ਸੀਗੇ, ਹੁਣ ਸ਼ਾਇਦ ਰੱਖ ਲਏ ਹੋਣਗੇ। ਇਸ ਤੋਂ ਬਾਅਦ ਤੀਜੀ ਗੱਲ ਆਉਂਦੀ ਹੈ ਇਲੂਮੀਨਾਟੀ। ਦੇਖੋ ਇਲੂਮੀਨਾਟੀ ਦੇ ਬਾਰੇ ਵੀ ਨਸੀਬ ਨੇ ਹੀ ਮੁੱਦਾ ਚੱਕਿਆ ਸੀ। ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਹੈਂਡ ਸਾਈਨ ਬਣਾਉਂਦੇ ਹੋਏ ਦਿਖਦੇ ਨੇ। ਦਿਲਜੀਤ ਦੋਸਾਂਝ ਨੇ ਤਾਂ ਇਸ ਚੀਜ਼ ਨੂੰ ਬਿਲਕੁਲ ਲਾਈਟਲੀ ਲਿਆ ਤੇ ਮਜ਼ਾਕ ਦੇ ਵਿੱਚ ਲਿਆ ਤੇ ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ਦਾ ਨਾਮ ਵੀ ਰੱਖਤਾ ਸੀ ਇਲੂਮੀਨਾਟੀ। ਇਲੂਮੀਨਾਟੀ ਵਾਲੋਂ ਸੇ ਪੁੱਛ ਲੈਣਾ, ਪੀ ਸਕਤਾ ਹੂੰ ਕਰੀ। ਤੇ ਫਿਰ ਬਾਕੀ ਸਾਰੇ ਲੋਕਾਂ ਨੇ ਵੀ ਉਸ ਚੀਜ਼ ਤੇ ਗੌਰ ਨਹੀਂ ਕੀਤੀ ਇੰਨੀ। ਉਸ ਤੋਂ ਬਾਅਦ ਕਾਫੀ ਸ਼ੋਜ਼ ਹੋਏ ਨੇ ਦਿਲਜੀਤ ਦੋਸਾਂਝ ਦੇ ਇਲੂਮੀਨਾਟੀ ਨਾਮ ਤੋਂ। ਸੋ ਹੁਣ ਇਹ ਵੀ ਅਫਵਾਹ ਆਪਾਂ ਝੂਠ ਹੀ ਮੰਨਾਂਗੇ। ਸੋ ਆਪਾਂ ਅਗਲੇ ਸਿੰਗਰ ਦੀ ਗੱਲ ਕਰਦੇ ਇਹਦਾ ਐਕਚੁਅਲ 'ਚ ਕੋਈ, ਵੈਸੇ ਆਪਣੇ ਕੋਲ ਕਿਸੇ ਕੋਈ ਪਰੂਫ ਨਹੀਂ ਹੈਗਾ ਕਿ ਚੀਜ਼ ਸੱਚ ਹੈ ਜਾਂ ਝੂਠ ਹੈ। ਫਿਲਹਾਲ ਤੱਕ ਆਪਾਂ ਇਹ ਕਹਿ ਸਕਦੇ ਕਿ ਹਾਂ ਕਾਇੰਡ ਆਫ ਰੂਮਰ ਜਾਂ ਕਾਇੰਡ ਆਫ ਮਾਇੰਡਸੈਟ ਕਹਿ ਸਕਦੇ ਹਾਂ, ਜਾਂ ਪਰ ਐਕਸ਼ਨਸ ਹੋਏ ਨੇ, ਸਾਰਾ ਕੁਛ ਹੋਇਆ, ਕੁਛ ਲੈਵਲ ਵਾਲੇ ਕੱਪੜੇ ਵੀ ਹੈਗੇ ਜਿਹੜੇ ਪਾਏ ਹੋਏ, ਠੀਕ ਹੈ। ਉਹ ਇੱਕ ਕੀ ਕਹਿੰਦੇ ਹੁੰਦੇ ਉਹਨੂੰ, ਇੱਕ ਯਾਰ ਮੈਨੂੰ ਵਰਡ ਪਰਟੀਕੁਲਰ ਭੁੱਲ ਗਿਆ ਮੈਂ, ਇਹ ਕੋਇਨਸੀਡੈਂਸ ਵੀ ਹੋ ਸਕਦਾ, ਠੀਕ ਹੈ, ਅਤੇ ਜਾਂ ਫਿਰ ਇੱਕ ਸੱਚ ਹੈ ਬਟ ਉਹਨੂੰ ਲੁਕਵਾਇਆ ਜਾਂਦਾ। ਉਸ ਸਿੰਗਰ ਦਾ ਨਾਮ ਹੈ ਕਾਕਾ। ਦੇਖੋ ਕਾਕਾ ਦੀ ਇਹ ਵਾਲੀ ਫੋਟੋ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਆਟੋ ਚਲਾਉਂਦੇ ਹੋਏ ਦਿਖਦੇ ਨੇ। ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਕਾਕਾ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਫਿਰ ਉਹ ਇੱਥੋਂ ਤੱਕ ਪਹੁੰਚਿਆ, ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਸ ਸਟਰਗਲ ਦੇ ਵਿੱਚ ਇਹ ਆਟੋ ਡਰਾਈਵਿੰਗ ਵੀ ਆਉਂਦੀ ਹੈ ਜਾਂ ਨਹੀਂ। ਪਰ ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਕਾਕਾ ਦੇ ਇੰਟਰਵਿਊਜ਼ ਵਾਇਰਲ ਹੋਏ ਤੇ ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਕਾਕਾ ਪਹਿਲਾਂ ਕੋਠੀਆਂ ਦੇ ਮੈਪ ਬਣਾਉਂਦਾ ਹੁੰਦਾ ਸੀ। ਫਿਰ ਲੋਕਡਾਊਨ ਦੇ ਵਿੱਚ ਉਹਨਾਂ ਦੇ ਗਾਣੇ ਕਾਫੀ ਜ਼ਿਆਦਾ ਵਾਇਰਲ ਹੋ ਗਏ ਤੇ ਫਿਰ ਇਸ ਫੋਟੋ ਦੇ ਬਾਰੇ ਦੱਸਿਆ ਕਿ ਇਹ ਫੋਟੋ ਬਿਲਕੁਲ ਫੇਕ ਹੈ, ਵੈਸੇ ਖਿਚਵਾਈ ਹੋਈ ਸੀ। ਸੋ ਇਹ ਵਾਲਾ ਜਿਹੜਾ ਰਿਊਮਰ ਹੈ ਇਹ ਵੀ ਇੱਕ ਤਰ੍ਹਾਂ ਦਾ ਫੇਕ ਹੀ ਹੈ। ਫਿਰ ਇਸ ਤੋਂ ਬਾਅਦ ਅਗਲਾ ਸਿੰਗਰ ਆਉਂਦਾ ਹੈ ਸਿੱਧੂ
ਮੂਸੇਵਾਲਾ ਬਾਈ। ਦੇਖੋ ਸਿੱਧੂ ਬਾਈ ਦੀ ਇਹ ਵਾਲੀਆਂ ਫੋਟੋਜ਼ ਵਾਇਰਲ ਹੋਈਆਂ ਸੀ ਸੋਸ਼ਲ ਮੀਡੀਆ ਤੇ, ਕਾਫੀ ਲੋਕ ਸਿੱਧੂ ਬਾਈ ਨੂੰ ਗਲਤ ਬੋਲਣ ਲੱਗ ਗਏ ਸੀ ਕਿ ਇਹਦੇ ਦੋ ਦੋ ਵਿਆਹ ਹੋਏ ਹੋਏ ਨੇ। ਇਹ ਉਦੋਂ ਗਲਤ ਬੋਲਿਆ ਸੀ ਲੋਕਾਂ ਨੇ ਜਦੋਂ ਸਿੱਧੂ ਬਾਈ ਦੀ ਸਟਾਰਟਿੰਗ ਹੀ ਸੀ, ਨਵੇਂ ਨਵੇਂ ਸ਼ੋਜ਼ ਲੱਗਣੇ ਸ਼ੁਰੂ ਹੋਏ ਸੀ, ਪਰ ਫਿਰ ਬਾਅਦ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਮੂਵੀ ਦਾ ਸੀਨ ਸੀ, ਇਹ ਸ਼ੂਟਿੰਗ ਸੀ। ਮੈਨੂੰ ਨਾ ਇੱਕ ਹੁਣੀ ਫੋਟੋ ਭੇਜੀ ਸੀਗੀ ਕਿਸੇ ਨੇ, ਤੇ ਉਹ ਮੈਨੂੰ ਸਾਰੇ ਵਧਾਈਆਂ ਵਿਸ਼ਸ ਕਰੀ ਜਾਂਦੇ ਨੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਰੇ, ਤੇ ਕਿਉਂਕਿ ਇਟ ਵਾਜ਼ ਅ ਪਾਰਟ ਆਫ ਅ ਵੀਡੀਓ ਸ਼ੂਟ, ਤੇ ਉਹ ਗਾਣਾ ਵੀ ਛੇਤੀ ਰਿਲੀਜ਼ ਹੋ ਰਿਹਾ, ਤੇ ਤੁਹਾਡੇ ਸਾਹਮਣੇ ਛੇਤੀ ਹੋਈ ਕਰਾਂਗੇ, ਤੇ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਪਤਾ ਨਹੀਂ ਕੌਣ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਹੁਣੀ ਇੰਨੇ ਜ਼ਿਆਦਾ ਫੋਨ ਆ ਰਹੇ ਨੇ ਅਤੇ ਮੈਸੇਜ ਆ ਰਹੇ ਨੇ ਵੀ ਇੱਦਾਂ ਦਾ ਕਰਕੇ, ਪਰ ਇੱਦਾਂ ਦੀ ਕੋਈ ਗੱਲ ਬੰਦ ਹੋ ਗਈ ਯਾਰ, ਵਿਆਹ ਹੀ ਬਹੁਤ ਕਰਾ ਦਿੰਦੇ ਦੁਨੀਆ। ਇੱਕ ਇੱਕ ਇਹ ਵੀ ਤਾਂ ਰੂਮਰ ਸੀਗਾ, ਐਵੇਂ ਵੀ ਕਿਤੇ ਹਿਮਾਂਸ਼ੀ ਦਾ ਵਿਆਹ ਰੱਖਿਆ ਸਟਾਰਟਿੰਗ 'ਚ, ਉੱਡਿਆ ਹੀ ਨਹੀਂ ਹੈਗੀ। ਅਤੇ ਇੱਕ ਸਾਡੀ ਵੀਡੀਓ ਦਾ ਹਿੱਸਾ, ਅਤੇ ਬਹੁਤ ਵਧੀਆ ਪਾਰਟ ਆ, ਤੁਹਾਨੂੰ ਦਿਖਾਵਾਂਗੇ ਵੀ, ਅਤੇ ਪਰ ਇਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਅਤੇ ਸਾਰਾ ਕੁਛ ਜਿਹੜੀ ਪੋਸਟਾਂ ਕਰ ਰਹੇ ਨੇ ਇਹਨਾਂ ਦੇ, ਕਿਸੇ 'ਤੇ ਯਕੀਨ ਨਾ ਕਰੋ, ਅਤੇ ਜਦੋਂ ਵੀ ਕੁਛ ਇੱਦਾਂ ਦਾ ਹੋਇਆ ਤਾਂ ਤੁਹਾਨੂੰ ਪਤਾ ਆਪਾਂ ਗੱਜ ਵੱਜ ਕੇ ਕਰਨ ਵਾਲੇ ਬੰਦੇ ਹਾਂ, ਅਤੇ ਗੱਜ ਵੱਜ ਕੇ ਕਰਾਂਗੇ, ਤੁਹਾਨੂੰ ਸਾਰਿਆਂ ਨੂੰ ਦੱਸ ਕੇ ਕਰਾਂਗੇ। ਅਤੇ ਬਾਕੀ ਸਾਰੇ ਜਣੇ ਆਪਣਾ ਖਿਆਲ ਰੱਖਿਓ ਜੀ, ਸਤਿ ਸ਼੍ਰੀ ਅਕਾਲ। ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀਡੀਓ ਰਿਲੀਜ਼ ਹੋਵੇ ਜਿਹਦੇ ਵਿੱਚ ਆਪਾਂ ਨੂੰ ਇਹ ਪ੍ਰੋਪਰ ਸੀਨ ਦੇਖਣ ਨੂੰ ਮਿਲੇ। ਸਿੱਧੂ ਬਾਈ ਨੂੰ ਲੈ ਕੇ ਜਿਹੜੀ ਇਹ ਅਫਵਾਹ ਉੱਡੀ ਸੀ, ਜਿਹੜੀ ਮੈਰਿਜ ਵਾਲੀ ਗੱਲ ਸੀ, ਇਹ ਬਿਲਕੁਲ ਝੂਠੀ ਸੀ, ਯਾਨੀ ਕਿ ਇਹ ਵੀ ਅਫਵਾਹ ਹੀ ਸੀ, ਬਿਨਾਂ ਗੱਲ ਤੋਂ ਉਡਾਈ ਗਈ। ਫਿਰ ਜਦੋਂ ਸਿੱਧੂ ਬਾਈ ਦੇ ਨਵੇਂ ਨਵੇਂ ਸ਼ੋਜ਼ ਲੱਗਣੇ ਸ਼ੁਰੂ ਹੋਏ ਸੀ ਤਾਂ ਕਈ ਪੰਜਾਬੀ ਸਿੰਗਰ ਜਾਂ ਫਿਰ ਕਈ ਲੋਕ ਵੀ ਕਹਿੰਦੇ ਸੀ ਕਿ ਸੀਡੀ ਲਾ ਕੇ ਗਾਉਂਦਾ ਸਿੱਧੂ ਮੂਸੇਵਾਲਾ, ਯਾਨੀ ਕਿ ਸਿੱਧੂ ਮੂਸੇਵਾਲਾ ਲਾਈਵ ਨਹੀਂ ਗਾ ਸਕਦਾ, ਉਹ ਪਿੱਛੇ ਡੀਜੇ ਚੱਲ ਰਹੇ ਹੁੰਦੇ ਨੇ ਤੇ ਉਹ ਸਾਹਮਣੇ ਪਰਫਾਰਮ ਕਰਦਾ। ਪਰ ਫਿਰ ਜਿਵੇਂ ਜਿਵੇਂ ਇਹ ਚੀਜ਼ ਬ੍ਰੇਕ ਡਾਊਨ ਹੋਈ, ਇੱਕ ਚੀਜ਼ ਹੋਰ ਆ, ਮੈਨੂੰ ਇਹ ਗੱਲ ਦੱਸੋ, ਕੋਈ ਵੀ ਆਰਟਿਸਟ ਜਿਹਦਾ ਸ਼ੋਅ ਇੱਕ ਕਲੱਬ 'ਚ ਚੱਲ ਰਿਹਾ ਉਹ ਉੱਥੇ ਲਾਈਵ ਨਹੀਂ ਗਾ ਸਕਦਾ, ਠੀਕ ਹੈ। ਲਾਈਵ ਸ਼ੋਅ ਲਾਈਵ ਤੇ ਕਲੱਬ ਦੇ ਵਿੱਚ ਲਾਈਵ ਅਕੋਸਟਿਕ ਸਿਸਟਮ ਉੱਦਾਂ ਦਾ ਸਿਸਟਮ ਨਹੀਂ ਹੁੰਦਾ ਜਿਹੜੇ ਲਾਈਵ ਖਾੜਿਆਂ ਵਾਲੀ ਫੀਲ ਹੁੰਦੀ ਆ, ਠੀਕ ਹੈ। ਉੱਥੇ ਜੇ ਕੋਈ ਗਾਊ ਗਾਵੇ ਤਾਂ ਉਹ ਇੰਨੀ ਵਧੀਆ ਫੀਲ ਨਹੀਂ ਆਊਗੀ, ਤਾਂ ਉੱਥੇ ਮੋਸਟਲੀ ਸੀਡੀ ਹੀ ਚੱਲਦੀ ਆ ਕਲੱਬਾਂ ਦੇ ਵਿੱਚ, ਅਤੇ ਮੋਸਟਲੀ ਕੈਨੇਡਾ ਅਮਰੀਕਾ ਦਾ ਸ਼ੋਅ ਹੁੰਦੇ ਕਲੱਬਾਂ 'ਚ, ਨੇ ਹੁਣ ਵੀ ਇਹ ਹੁਣ ਇੰਡੀਆ 'ਚ ਵੀ ਹੋਣ ਲੱਗ ਪਏ। ਕੋਈ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਣ ਲੱਗਿਆ ਕਿ ਬਾਈ ਦੀ ਲਾਈਵ ਦੇ ਵਿੱਚ ਆਵਾਜ਼ ਕਿੰਨੀ ਘੈਂਟ ਸੀ ਇਹ ਤੁਸੀਂ ਸਾਰੇ ਜਾਣਦੇ ਹੋ। ਅਤੇ ਫਿਰ ਇਸ ਤੋਂ ਬਾਅਦ ਲੋਕਾਂ ਨੂੰ ਇਹ ਵੀ ਪਤਾ ਲੱਗਿਆ ਕਿ ਸਿੱਧੂ ਬਾਈ ਕਿੱਥੋਂ ਸਿੱਖਦੇ ਹੁੰਦੇ ਸੀ, ਪਹਿਲਾਂ ਰਿਆਜ਼ ਕਰਦੇ ਸੀ, ਫਿਰ ਬਾਅਦ ਦੇ ਵਿੱਚ ਹੀ ਉਹ ਇਸ ਫੀਲਡ ਦੇ ਵਿੱਚ ਆਏ ਸੀ। ਸੋ ਇਹ ਸੀਡੀ ਵਾਲੀ ਅਫਵਾਹ ਵੀ ਇੱਕ ਤਰ੍ਹਾਂ ਦੀ ਝੂਠੀ ਸੀ। ਫਿਰ ਇਸ ਤੋਂ ਬਾਅਦ ਅਗਲਾ ਸਿੰਗਰ ਆਉਂਦਾ ਹੈ ਹਨੀ ਸਿੰਘ। ਦੇਖੋ ਹਨੀ ਸਿੰਘ ਨੂੰ ਲੈ ਕੇ ਵੀ ਦੋ ਅਫਵਾਹਾਂ ਉੱਡੀਆਂ ਸੀ, ਇਹਨਾਂ ਦੇ ਵਿੱਚੋਂ ਦੋਨੇ ਹੀ ਹਜੇ ਤੱਕ ਸਾਬਿਤ ਨਹੀਂ ਹੋ ਸਕੀਆਂ। ਇੱਕ ਤਾਂ ਹਨੀ ਸਿੰਘ ਨੇ ਜਿਹੜਾ ਗਾਣਾ ਗਾਇਆ ਸੀ ਅਸ਼ਲੀਲ ਗਾਣਾ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦਾ, ਉਸ ਗਾਣੇ ਨੂੰ ਲੈ ਕੇ ਵੀ ਕਨਫਿਊਜ਼ਨ ਬਣੀ ਹੋਈ ਹੈ ਹਜੇ ਤੱਕ, ਤੇ ਹਨੀ ਸਿੰਘ ਨੇ ਕਿਹਾ ਕਿ ਮੈਂ ਉਹ ਗਾਣਾ ਨਹੀਂ ਗਾਇਆ। ਬੇਫਜ਼ੂਲ ਮੈਂ ਜਬ ਗਾਣਾ ਗਾਇਆ ਨਹੀਂ, ਮੈਂ ਉਹ ਬਲਾਤਕਾਰੀ ਔਰ ਘਸੀਟੇ ਜਾ ਰਹੇ 10 ਮਹੀਨੇ ਸੇ, ਕੋਰਟ ਕਚਹਿਰੀ ਕਰ ਲਿਆ, ਕੋਰਟ ਸੇ ਜਬ PIL ਰੱਦ ਹੋ ਗਈ, ਫਿਰ CFSL ਮੈਂ ਰਗੜ ਦਿਆ। ਪਰ ਉਸ ਟਾਈਮ ਤਾਂ AI ਵਗੈਰਾ ਵੀ ਨਹੀਂ ਸੀ ਜਿਹਦੇ ਵਿੱਚ ਆਵਾਜ਼ ਰਿਪਲੇਸ ਕੀਤੀ ਜਾ ਸਕਦੀ ਸੀ। ਹੁਣ ਇਹਦੇ ਵੀ ਦੋ ਪਹਿਲੂ ਨੇ, ਇੱਕ ਤਾਂ ਇਹ ਹੋ ਸਕਦਾ ਕਿ ਹਨੀ ਸਿੰਘ ਨੇ ਸੱਚੀ ਉਹ ਇਹ ਗਾਣਾ ਗਾ ਲਿਆ ਹੋਵੇ, ਪਰ ਫਿਰ ਬਾਅਦ ਦੇ ਵਿੱਚ ਉਹਨੇ ਡਿਸਾਈਡ ਕੀਤਾ ਹੋਵੇ ਕਿ ਮੈਂ ਕਦੇ ਵੀ ਮੰਨਣਾ ਨਹੀਂ ਇਸ ਚੀਜ਼ ਨੂੰ। ਦੂਜਾ ਪਹਿਲੂ ਹਨੀ ਸਿੰਘ ਦਾ ਇਹ ਵੀ ਹੋ ਸਕਦਾ ਕਿ ਉਹਨੇ ਗਾਣਾ ਗਾਇਆ ਵੀ ਨਾ ਹੋਵੇ, ਤੇ ਉਸ ਟਾਈਮ ਹਨੀ ਸਿੰਘ ਦੀ ਪੋਪੂਲੈਰਿਟੀ ਨੂੰ ਦੇਖਦੇ ਹੋਏ ਕਿਸੇ ਨੇ ਹਨੀ ਸਿੰਘ ਦੀ ਆਵਾਜ਼ ਕਾਪੀ ਕਰਕੇ ਜਾਂ ਮਿਮਿਕਰੀ ਕਰਕੇ, ਹਾਂ ਮੈਂ ਮਿਮਿਕਰੀ ਵਰਡ ਹੀ ਮੈਂ ਬੋਲਣ ਲੱਗਾ ਸੀ ਕਿ ਮਿਮਿਕਰੀ ਹੋ ਗਈ ਗਾਣਾ ਗਾਇਆ ਹੋਵੇ, ਤਾਂ ਕਿ ਹਨੀ ਸਿੰਘ ਦਾ ਡਾਊਨਫਾਲ ਹੋ ਜਾਵੇ। ਹੁਣੇ ਅਫਵਾਹ ਜਿਹੜੀ ਹੈ ਉਹ ਸੱਚੀ ਹੈ ਜਾਂ ਝੂਠੀ, ਇਹਦੇ ਵਿੱਚ ਵੀ ਕਨਫਿਊਜ਼ਨ ਬਣੀ ਹੋਈ ਹੈ। ਤੇ ਫਿਰ ਇਦਾਂ ਦੀ ਹੀ ਇੱਕ ਅਫਵਾਹ ਹੈ ਜਿਹਦੇ ਵਿੱਚ ਕਨਫਿਊਜ਼ਨ ਹੈ, ਉਹ ਹੈ ਇਲੂਮੀਨਾਟੀ ਨੂੰ ਲੈ ਕੇ। ਹੁਣ ਹਨੀ ਸਿੰਘ ਨੇ ਆਪਣੇ ਗਾਣੇ ਦੇ ਵਿੱਚ ਵੀ ਕਾਫੀ ਵਾਰੀ ਇਦਾਂ ਦੀਆਂ ਚੀਜ਼ਾਂ ਕੀਤੀਆਂ ਨੇ, ਉਹਨਾਂ ਦੇ ਹੈਂਡ ਸਾਈਨਸ ਵੀ ਆਪਾਂ ਦੇਖ ਸਕਦੇ ਹਾਂ। ਇਲੂਮੀਨਾਟੀ ਦਾ ਨਾਮ ਸਭ ਤੋਂ ਜ਼ਿਆਦਾ ਜੁੜਿਆ ਸੀਗਾ ਹਨੀ ਸਿੰਘ ਦੇ ਨਾਲ ਹੀ। ਹੁਣ ਹਨੀ ਸਿੰਘ ਦਾ ਇਲੂਮੀਨਾਟੀ ਦੇ ਬਾਰੇ ਕੀ ਕਹਿਣਾ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ। ਯੂ ਆਰ ਅ ਪਾਰਟ ਆਫ ਇਲੂਮੀਨਾਟੀ ਐਂਡ ਯੋਰ ਹੈਂਡ ਜੈਸਚਰਸ ਇਨ ਯੋਰ ਵੀਡੀਓਜ਼ ਸ਼ੋਕੇਸ ਦੈਟ ਲਾਈਕ ਕੁਝ ਵੀ ਚੀਜ਼ ਕੋ ਬੋਲਤੇ ਕੈਸੀ ਹੈ, ਫੈਂਟਾਸਟਿਕ ਹੈ। ਕੋਈ ਰਿਊਮਰਸ ਦੇ ਬਾਰੇ ਜਾਣਦੇ ਹੋ ਜਿਹੜਾ ਸਭ ਤੋਂ ਵੱਡਾ ਹੋਵੇ ਕਿਸੇ ਪੰਜਾਬੀ ਸਿੰਗਰ ਦੇ ਨਾਲ ਜੁੜਿਆ ਹੋਵੇ ਤਾਂ ਤੁਸੀਂ ਉਹ ਵੀ ਕਮੈਂਟ ਕਰਕੇ ਕਮੈਂਟ ਚੈੱਕ ਕਰੀਏ, ਕਮੈਂਟ ਕਿਸੇ ਨੇ ਰੂਮਰ ਪਾਇਆ ਨਹੀਂ ਅੱਜ ਤੱਕ ਤਾਂ ਕਿਸੇ ਨੇ ਕੋਈ ਕਮੈਂਟ 'ਚ ਰੂਮਰ ਪਾਇਆ ਨਹੀਂ ਹੈਗਾ।
ਮੈਨੂੰ ਤਾਂ ਉਹੀ ਯਾਦ ਆ ਐਮੀ ਵਿਰਕ ਅਤੇ ਉਹਦਾ ਕੀ ਨਾਮ ਹੈ ਹਿਮਾਂਸ਼ੀ ਖੁਰਾਣਾ ਦਾ, ਕਹਿੰਦੇ ਵਿਆਹ ਹੋ ਗਿਆ, ਉਹ ਵਾਲਾ ਰੂਮਰ ਚੱਲਿਆ ਸੀਗਾ। ਇੱਕ ਅੱਧਾ ਰੂਮਰ ਹੋਰ ਜੇ ਕੋਈ ਯਾਦ ਕਰੀਏ, ਇੱਕ 2000 ਸ਼ਾਇਦ ਮੈਂ ਖਿਆ ਨਾ, ਨਹੀਂ ਨਹੀਂ ਉਹ ਨਹੀਂ, ਉਹ ਰੂਮਰ ਨਹੀਂ ਸੀਗਾ ਉਹ ਤਾਂ ਕੁਛ ਹੈ ਨਹੀਂ ਯਾਰ, ਕੁਛ ਕਮੈਂਟਾਂ ਤੋਂ ਹੀ ਦੱਸਿਓ ਜੇ ਤੁਹਾਨੂੰ ਯਾਦ ਆਵੇ ਤਾਂ। ਠੀਕ ਹੈ, ਸਤਿ ਸ਼੍ਰੀ ਅਕਾਲ।